ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ ਅੱਜ ਅਸੀਂ ਇੰਗਲਿਸ਼ ਜਿਹੜੀ ਹੈ ਨਾ ਜੀ ਛੋਟੀ ਏ ਬੀ ਸੀ 'ਤੇ ਲਿਖਵਾ ਦਿੱਤੀ ਸੀ ਹੁਣ ਅਸੀਂ ਬੜੀ ਏ ਬੀ ਸੀ ਸਟਾਈਲਿਸ਼ ਉਹ ਮਸ਼ਕ ਸ਼ੁਰੂ ਕਰ ਰਹੇ ਹਾਂ ਉਹ ਮਸ਼ਕ ਦਾ ਇਹ ਹੈ ਕਿ ਤੁਸੀਂ ਨਾ ਐਂਗਲ ਨੂੰ ਮੱਦੇਨਜ਼ਰ ਰੱਖਣਾ ਵਾ ਕਿ 55 ਤੋਂ 60 ਦੇ ਐਂਗਲ 'ਤੇ ਹਰ ਹਰਫ ਜਿਹੜਾ ਨਾ ਉਹ ਬਣਨਾ ਚਾਹੀਦਾ ਵਾ ਅਤੇ ਜਿੱਦਾਂ ਛੋਟੀ ਲਿਖੀ ਆ ਉਦਾਂ ਹੀ ਇਹ ਬੜੀ ਆ ਮਗਰ ਇਹ ਟੱਕ ਵਾਲੀ ਮਾਰ ਕਰਨਾ ਮੈਂ ਲਿਖਾਂਗਾ ਤਾਂ ਕਿ ਉਹਦਾ ਪਤਾ ਲੱਗਦਾ ਰਹੇ ਕਿ ਇਹ ਲਫ਼ਜ਼ ਬਰੀਕ ਕਿੱਥੋਂ ਆਉਣਾ ਵਾ ਮੋਟਾਈ ਕਿੱਥੋਂ ਆਉਣੀ ਆ ਇਹਨਾਂ ਦੋਵਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਾ ਹੁੰਦਾ ਅਤੇ ਇਹ ਕੋਈ ਮੁਸ਼ਕਲ ਨਹੀਂ ਗਾ ਤੁਸੀਂ ਮੇਰੇ ਹਿਸਾਬ ਨਾਲ ਸਿਰਫ ਨਾ 26 ਹਰਫ ਨੇ ਅਗਰ ਇੱਕ ਕਰੋ ਤਾਂ ਇੱਕ ਮਹੀਨਾ ਲੱਗਦਾ ਅਗਰ ਰੋਜ਼ ਦੇ ਦੋ ਕਰੋ ਤਾਂ 13 ਦਿਨ ਲੱਗਦੇ ਨੇ ਮਹੀਨੇ ਡੇਢ ਦੋਵਾਂ ਦੇ ਵਿੱਚ ਵਿੱਚ ਇਹ 1 ਇੰਗਲਿਸ਼ ਦੀ ਲਿਖਾਈ ਜਿਹੜੀ ਹੈ ਨਾ ਹੋ ਜਾਂਦੀ ਆ ਅਤੇ ਇਹ ਸ਼ੁਰੂ ਕਰਨ ਦੀ ਦੇਰ ਆ ਫਿਰ ਵੈਸੇ ਬੰਦੇ ਨੂੰ ਕਰਦਿਆਂ ਕਰਦਿਆਂ ਜਿਹੜਾ ਨਾ ਜੀ ਇਹਦੇ 'ਚ ਮਜ਼ਾ ਆਉਣਾ ਸ਼ੁਰੂ ਹੋ ਜਾਂਦਾ ਖੁਦ ਲਿਖਿਆ ਦੇਖਦਾ ਵਾ ਅਤੇ ਉਹਨੂੰ ਆਪ ਮੁਤਮਿਨ ਹੁੰਦਾ ਵਾ ਕਿ ਜਦੋਂ ਮੈਂ ਲਿਖਿਆ ਵਾ ਨਾ ਇਹ ਅੱਛਾ ਲੱਗ ਰਿਹਾ ਵਾ ਕਿਉਂ ਉਹ ਤਰਤੀਬ ਆ ਇੱਕ ਉਸ ਤਰਤੀਬ ਦੇ ਹਿਸਾਬ ਨਾਲ ਤੁਸੀਂ ਲਿਖੀ ਜਾਣਾ ਵਾ ਅਤੇ ਉਹ ਅੱਛਾ ਲੱਗਣਾ ਵਾ ਅਤੇ ਤੁਸੀਂ ਸ਼ੁਰੂ ਕਰਨਾ ਵਾ ਅਤੇ ਐਂਡ ਆਪ ਹੀ ਹੋ ਜਾਂਦਾ ਉਸ ਕੰਮ ਦਾ ਅਤੇ ਸ਼ੁਕਰੀਆ ਜੀ ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ ਅੱਛਾ ਜੀ ਇੰਗਲਿਸ਼ ਦਾ ਸਬਕ ਹੈ ਸਾਡਾ ਸਟਾਈਲਿਸ਼ ਏ ਬੀ ਸੀ ਇਹ ਅੱਗੇ ਲਿਖਿਆ ਸੀ ਅੱਜ ਅਸੀਂ ਨਾ ਬੀ ਲਿਖਾਂਗੇ ਇਹਦੇ 'ਚ ਸਬਕ ਜਿਹੜਾ ਨਾ ਜੀ ਇਹਨੂੰ ਸਮਝਣਾ ਥੋੜ੍ਹਾ ਜਿਹਾ ਅਤੇ ਉਸ ਤੋਂ ਬਾਅਦ ਪ੍ਰੈਕਟਿਸ ਹੈ ਜਿੰਨੀ ਵੀ ਤੁਸੀਂ ਜ਼ਿਆਦਾ ਕਰ ਲੈਣੀ ਹੈ ਓਨੇ ਹੀ ਅੱਛੇ ਲਫ਼ਜ਼ ਬਣਨਗੇ ਇਹ ਸੀ ਜੀ ਸਾਡੀ ਅੱਜ ਦੀ ਮਸ਼ਕ ਬੀ ਦੀ Tell me that you love me.